ਇਹ ਦੇਖ ਕਿੱਡਾ ਵੱਡਾ ਹੈ। ਲੜੀ ਆ ਆਖਿਆ ਨੀ ਤੈਨੂੰ ਬਾਅਦ ਚ ਇਹਨਾਂ ਤੂੰ ਇਹ ਤਾਂ ਕੰਡਾ ਹੁੰਦਾ ਇੰਨਾ ਇਹਨਾਂ ਦਾ ਲੰਘ ਜਾਂਦਾ ਹੱਥ ਚ ਕਿੱਥੇ ਲੱਗੀ ਆ ਉਹ ਹੁਣ ਨਿਕਲ ਆਇਆ ਤੇ ਮੇਰੇ ਅੱਗੇ ਹੁਣ ਬੜਾ ਤੇਰੇ ਵੀ ਮਾਰੀ ਤੂੰ ਇਹਨਾਂ ਨੂੰ ਬਚ ਗਏ ਚਲੋ ਇਹਨਾਂ ਨੂੰ ਛੱਪੜਾ ਹੀ ਸੱਟੋ ਜੀ ਇਹ ਸਾਰੀਆਂ ਨੂੰ ਜਲਦੀ ਕਰੋ ਮਾਸ਼ਾਅੱਲਾ ਜੀ ਮਾਸ਼ਾਅੱਲਾ ਖੂਬਸੂਰਤ ਜਿਹੜਾ ਚਾਰ ਜਿਹੜੀਆਂ ਦੇਖੇ ਡਕਸ ਪਾਣੀ ਦੇ ਹੁਣ ਛੱਪੜੇ ਥੋੜ੍ਹੇ ਰਹਿ ਗਏ ਪਰ ਇਹਨਾਂ ਵਾਸਤੇ ਰੱਜ ਸ਼ਾਹ 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 ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ ਉਮੀਦ ਹੈ ਸਾਰੇ ਦੋਸਤ ਠੀਕ ਠਾਕ ਹੋ ਅੱਲਾਹ ਦਾ ਸ਼ੁਕਰ ਮੈਂ ਵੀ ਠੀਕ ਠਾਕ ਅੱਲਾਹ ਦਾ ਨਾਮ ਲੈ ਕੇ ਅੱਜ ਦੀ ਵੀਡੀਓ ਕਰਨੀ ਸ਼ੁਰੂ ਅੱਛਾ ਜੀ ਦਿਨ ਨੇ ਅੱਜ ਮੰਡੇ ਦਾ 3 ਜੂਨ 2024 ਅਤੇ ਟਾਈਮ ਹੋ ਗਿਆ ਜੀ 10 ਦਾ ਮਾਲ ਜਿਹੜਾ ਨਾ ਮੈਂ ਛੱਪੜੇ ਘੱਟ ਗਾਉਣ ਲਿਆਂਦਾ ਵਾਹਵਾ ਅੱਧਾ ਕੁ ਘੰਟਾ ਹੋ ਗਿਆ ਅਤੇ ਮਜ਼ੇ ਹੁਣ ਚੁਗਦੀਆਂ ਪਈਆਂ ਨੇ ਅਤੇ ਗਰਮੀ ਜਿਹੜਾ ਅੱਜ ਵਾਹ ਹੁਣ ਝੁਲਦੀ ਪਈ ਅਤੇ ਪਰ ਗਰਮੀ ਜਿਹੜਾ ਨਾ ਸਹੀ ਰੂਝ ਦੇ ਆ ਜੀ ਚੰਗੀ ਜਿਹੜਾ ਕੜਾਕੇਦਾਰ ਧੁੱਪ ਜਿਹੜੀ ਅਤੇ ਖੂਬਸੂਰਤ ਦਿਨ ਦਾ ਆਗਾਜ਼ ਹੋ ਗਿਆ ਜੀ ਚਿੱਟੀ ਰੀਤ ਦਾ ਬੱਚਾ ਜੀ ਦੌੜ ਦੇਖੋ ਇਹਦੀ ਦੌੜ ਦੇਖੋ ਇਹਦੀ ਦੌੜ ਦੇਖੋ ਇਹਦੀ ਦੌੜ ਦੇਖੋ ਰਵਾਲ ਸਰ ਹੈ ਇਹਦੀ ਦੇਖੇ ਨਿਕਲ ਗਿਆ ਟਿਰੀਆਂ ਪਤਾ ਲੱਗ ਗਿਆ ਛੋਵੇਂ ਨਸ ਜਾਵਾ ਬੜੀ ਵਾਧਾ ਹੋੜ ਬੜੀ ਵਾਧਾ ਹੋੜ ਛੁੱਪ ਗਿਆ ਪੈਦਾ ਬੜਾ ਛੁੱਪ ਗਏ ਹੋਰ ਵੀ ਹੋਣੇ ਨੇ ਕਿਉਂਕਿ 4 ਅੰਡੇ ਹੁੰਦੇ ਨੇ ਟਟੀਰੀ ਦੇ ਦੂਜੇ ਵੀ ਜਿਹੜੇ ਇੱਥੇ ਛੁੱਪੇ ਨੇ ਮੈਲੀ ਗੁੱਦੜਿਆਂ ਦੇ ਅੱਗੇ 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 ਵੜ ਗਿਆ ਬਾਹਰ ਨਾਂ ਕੀ ਹੈ ਤੇਰਾ ਹੈਂ ਪਿੰਡ ਸਾਗਰ ਕਿੱਥੇ ਹੈ ਗੁਜਰਾਤ ਵਿੱਚ ਹੀ ਗੁਜਰਾਤ ਤੋਂ ਪਿੱਛਾ ਜ਼ਿਲ੍ਹਾ ਗੁਜਰਾਤ ਹੀ ਤੁਹਾਡਾ ਅੱਛਾ ਨਹਿਰ ਤੁਹਾਡੇ ਨੇੜੇ ਹੀ ਨਾਨਾ ਕਿੰਨੀਆਂ ਮੱਝਾਂ ਜੀ ਅੱਛਾ ਤਰ ਵੀ ਲੈਣਾ ਤਰਨਾ ਨਹਿਰ ਵਿੱਚ ਅੱਛਾ ਹਾਲੀ ਨਿੱਕਾ ਹੈ ਅਤੇ ਜ਼ਿਆ ਕਿੱਧਰ ਗਿਆ ਜੀ ਹੈਂ ਮੱਝਾਂ ਹੋਰ ਕੌਣ ਨਾਲ ਲੈਣ ਆਏ ਜ਼ਹਿਨ ਕਿੱਥੇ ਆਉਣ ਮੱਛੀਆਂ ਫੜਨ
ਅੱਛਾ ਮੱਛੀਆਂ ਫਾਲਤੂ ਹੋਈਆਂ ਨੇ ਹੈ। ਮੱਛੀਆਂ ਜਿਹੜਾ ਨਾ ਉਹ ਇੱਥੇ ਡੁੰਮ ਹੈ ਉੱਥੇ ਹੋਣੀਆਂ ਨੇ ਰੱਜ ਭਰੇ ਆ ਨੇ ਬਾਲਟੀ ਇੱਥੇ ਛੱਡ ਗਏ ਨੇ। ਜ਼ੈਨ ਅਲੀ ਸ਼ਿਕਾਰ ਕੀਤਾ ਵਾ ਅੱਜ ਸਹੀ ਮਾਸ਼ਾਅੱਲਾ ਜੀ ਦੇਖੋ ਜੀ ਮੱਛੀਆਂ ਦੇ ਢੇਰ ਲੱਗੇ ਨੇ ਮੁੰਡਿਆਂ ਨੇ ਜਿਹੜਾ ਨਾ ਬਹੁਤ ਜ਼ਿਆਦਾ ਮੱਛੀਆਂ ਕੱਢੀਆਂ ਸਾਰੀਆਂ ਕੱਢੀਆਂ ਜੇ ਅੱਛਾ ਇਹ ਦੇਖੋ ਜੀ ਮੱਛੀਆਂ ਦਾ ਹਿਸਾਬ ਹੀ ਕੋਣੀ ਛੋਟੀਆਂ ਇਹ ਛੋਟੀਆਂ ਜਿਹੜੀਆਂ ਛੱਪੜੇ ਸਾਰੀਆਂ ਹੈ ਆਹੋ ਇੱਥੇ ਤਾਂ ਚਿੱਕੜ ਆ ਸਾਰੀਆਂ ਮਰ ਜਾਣਾ ਹੈ ਮਾਸ਼ਾਅੱਲਾ ਜੀ ਮਾਸ਼ਾਅੱਲਾ ਵੈਰੀ ਬਿਊਟੀਫੁਲ ਜ਼ੈਨ ਅਲੀ ਕੀ ਹਾਲਾਤ ਵਾਕਿਆਤ ਨੇ ਇੱਧਰੋਂ ਤੱਕ ਨਾ ਇਹਦੇ ਤੂੰ ਬੱਚੀ 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 ਇਹ ਮੱਛੀ ਜੀ ਜਿਹੜੀ ਨਾ ਕੰਡਿਆਂ ਵਾਲੀ ਇਹਨੂੰ ਕੀ ਕਹਿੰਦੇ ਨੇ ਸੱਪਲ ਸੱਪਲ ਮੱਛੀ ਹੈ ਜੀ ਛੱਡਦੇ 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 ਮਾਰੇ ਦੀ ਆ ਕੰਡਾ ਮੈਂ ਦੇਖਿਆ ਕਿੱਡੀ ਲੰਮੀ ਹੋਰ ਵੀ ਆਏ ਇਹ ਬੜੀਆਂ ਖਤਰਨਾਕ ਇੱਕ ਹੈ ਜੀ ਸੱਪਲ ਅਤੇ ਦੂਜੇ ਜਿਹੜੇ ਨੇ ਡੋਲੇ ਹੀ ਨੇ ਜ਼ਿਆਦਾ ਵੱਡੇ ਡੋਲੇ ਚੰਗੇ ਮਾਸ਼ਾਅੱਲਾ ਜਿਹੜਾ ਵੱਡੇ ਵੱਡੇ ਡੋਲੇ ਨੇ ਵਿੱਚ ਇਹ ਦੇਖੋ ਕਿੱਡਾ ਵੱਡਾ ਹੈ ਲੜੀ ਆ ਆਖਿਆ ਨੀ ਤੈਨੂੰ ਬਾਅਦ ਚ ਇਹਨਾਂ ਤੋਂ ਇਹ ਤਾਂ ਕੰਡਾ ਹੁੰਦਾ ਇੰਨਾ ਇਹਨਾਂ ਦਾ ਲੰਘ ਜਾਂਦਾ ਹੱਥ ਚ ਕਿੱਥੇ ਲੱਗੀ ਆ ਉਹ ਹੁਣ ਨਿਕਲ ਆਇਆ ਤੇ ਮੇਰੇ ਅੱਗੇ ਹੁਣ ਬੜਾ ਤੇਰੇ ਵੀ ਮਾਰੀ ਤੂੰ ਇਹਨਾਂ ਨੂੰ ਬਚ ਗਏ ਚਲੋ ਇਹਨਾਂ ਨੂੰ ਛੱਪੜਾ ਹੀ ਸੱਟੋ ਜੀ ਇਹ ਸਾਰੀਆਂ ਨੂੰ ਜਲਦੀ ਕਰੋ ਉਹ ਮਾਰਿਆ ਸੂ ਸੱਪਲ ਨੇ ਜਿਹੜਾ ਨਾ ਉਹਦੇ ਹੱਥ ਦੇ ਕੰਡਾ ਤੇ ਉਹ ਹੁਣ ਕੱਢ ਲਿਆਂਦਾ ਸੂ ਉਂਗਲੀ ਦੇ ਉਹ ਵਿੱਚ ਹੈ ਨਾ ਮਿਕਸ ਹੋਈਆਂ ਚਲ ਆ ਜਾ ਛੱਪੜੇ 'ਚ ਵੜਨ ਦੇ ਨੇ ਕਿ ਟਾਈਮ ਹੁਣ ਕਿਹੜਾ ਹੋ ਗਿਆ ਰਹਿ ਗਏ ਝੱਟ ਘੂਣ ਉਹ ਭਜਦੀਆਂ ਪਈਆਂ ਨੇ ਵਿਚਾਰੀਆਂ ਸੋੜੀਆਂ ਪਈਆਂ ਨੇ ਗਰਮੀ ਆ ਜਾ ਟਾਈਮ ਕੋਈ ਨਹੀਂ ਨਾ ਹੁਣ 5:45 ਹੋ ਗਏ ਨੇ ਟਾਈਮ 2 ਵਜੇ ਤੋਂ ਬਾਅਦ ਜਿਸਲੇ ਮੱਝਾਂ ਕੱਢੀਆਂ ਨੇ ਉਸ ਤੋਂ ਬਾਅਦ ਕੋਈ ਹੁੰਦੀਆਂ ਹੁੰਦਾ ਜਾ ਅੱਛਾ ਜੀ ਜੈਸਾ ਕਿ ਤੁਹਾਨੂੰ ਪਤਾ ਕਿ ਜੇਠ ਜਿਹੜਾ ਨਾ ਹੈ ਕਿ ਸਹੀ ਲੱਗੇ ਆ ਡਾਢਾ ਗਰਮੀ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਸਹ ਧੁੱਪ ਹੁੰਦੀ ਦਿਹਾੜੀ ਅਤੇ ਥੋੜ੍ਹਾ ਜਿੱਥੇ ਪਾਣੀ ਹੈ ਨਾ ਸਮਝੋ ਥੋੜ੍ਹਾ ਵਾਲਾ ਉਹ ਤਾਂ ਤਕਰੀਬਨ ਹਰ ਜਗ੍ਹਾ ਨੂੰ ਸੁੱਕ ਗਏ ਆ ਇਸੇ ਤਰ੍ਹਾਂ ਕਿਉਂਕਿ ਛੱਪੜੇ 'ਚ ਵੀ ਘੱਟ ਹੀ ਪਾਣੀ ਹੋ ਗਏ ਆ ਅਤੇ ਉਹ ਉੱਥੇ ਭਰਾਂ ਜਿਹੜਾ ਨਾਲੀ 'ਚ ਉੱਥੇ ਜਿੱਲ ਜਗ੍ਹਾ ਅਤੇ ਉੱਥੇ ਜਿਹੜਾ ਨਾ ਮੱਛੀਆਂ ਇੱਕ ਟੋਏ ਜਾਹੀਆਂ ਅਤੇ ਉਹ ਮੁੰਡਿਆਂ ਨੇ ਫੜ ਗਏ ਕੋਈ ਜਿਹੜਾ ਨਾ ਸੱਟੀਆਂ ਨੇ ਇੱਥੇ ਛੱਪੜੇ 'ਚ ਅੱਛਾ ਜੀ 3 ਬਾਲਟੀਆਂ ਜਿਹੜਾ ਨਾ ਮੁੜਾ ਅੱਗੇ ਲਟਕ ਗਿਆ ਛੱਪੜੇ 'ਚ ਛੋਟੀਆਂ ਮੱਛੀਆਂ ਦੀਆਂ ਅਤੇ ਊਣ ਲਿਆਂਦਾ ਸੂ ਜੀ ਤਰੋੜਾ ਭਰ ਗਿਆ ਇੱਥੇ ਦੰਦੇ ਲੱਟੀ ਦੇਖਣੀਆਂ ਨੇ ਇਹ ਦੇਖੋ ਜੀ ਮਾਸ਼ਾਅੱਲਾ ਪੂਰਾ ਤਰੋੜਾ ਜਿਹੜਾ ਨਾ ਲਿਆਂਦਾ ਸੂ ਮੱਛੀਆਂ ਦਾ ਅਤੇ ਇੰਨਾ ਸੁਬਾਹ ਨੂੰ ਕੱਲ੍ਹ ਜਿਹੜਾ ਨਾ ਮਰ ਜਾਣਾ ਹਜੇ ਉੱਥੇ ਚਿੱਕੜ 'ਚ ਰਹਿੰਦੀਆਂ ਲੱਟਦੇ ਉਸ ਅੱਲਾ ਦਾ ਨਾਂ ਲੈ ਜੇ ਥੋੜ੍ਹਾ ਤਰੋੜਾ ਅੱਗੂ ਕਰਨ ਵਿੱਚ ਸੱਟਣ ਇਹ ਨਿਰੀਆਂ ਦੁਆਵਾਂ ਨਹੀਂ ਬਾਜਾਂ ਆਣਨੀਆਂ ਸਾਰੀਆਂ ਢੇਰ ਸਾਰੀ ਮੱਛੀ ਆ ਢੇਰ ਸਾਰੀ ਇਹ ਤਰੋੜੇ ਨਾਲ ਹੀ ਹੱਥ ਨਾਲ ਨਾ ਇੰਜ ਕਰਨੇ ਵਿੱਚ ਹੋ ਜਾਣ ਇਹ ਤਾਂ ਬੰਗਲੇ ਨਹੀਂ ਛੱਡਣੀਆਂ ਇਹ ਪੂਰਾ ਤਗਾਰਾ ਹੈ ਤਰੋੜਾ ਹੱਥ ਦੇ ਕਰਕੇ ਨਾ ਇੰਜ ਕਰ ਤ੍ਰੈ ਬਾਲਟੀਆਂ ਦੇਖ ਜਾਂਦੀਆਂ ਇਹ ਦੇਖ ਜਾਂਦੀਆਂ ਇੱਥੇ ਚੜ੍ਹ ਦੇ ਇੱਥੇ ਇੱਥੇ ਬਸ ਠੀਕ ਦੇਖ 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 ਹੋਸ਼ ਆ ਗਈ ਨੇ ਹੋਸ਼ ਆ ਗਈ ਨੇ ਬਾਈ ਹੋਸ਼ ਇਹ ਵਾਹਵਾ ਡੋਲੇ ਨੇ ਇੱਧਰ ਰੱਖ ਲੈਣੇ ਇਹ ਜਨ ਚੱਲ ਹੁਣ ਬਚ ਰਹੀਆਂ ਨੇ
ਆਹੋ ਮਾਲ ਸਾੜਨੇ ਵਾਲਾ ਮਾਲ ਨਿਕਲ ਗਿਆ ਅੱਛਾ ਜੀ। ਟਾਈਮ ਹੋ ਗਿਆ ਤਕਰੀਬਨ 7 ਅਤੇ ਬਾਰਿਸ਼ ਜਿਹੜਾ ਨਾ ਬਹੁਤ ਜ਼ਿਆਦਾ ਆ ਲੈਂਦੇ ਵਾਲੀ ਸਾਈਡ ਤੋਂ ਆਈ ਅਤੇ ਮੁੜਾ ਜਿਹੜਾ ਨਾ ਕਹਿੰਦਾ ਚੈਨਲ ਦਾ ਨਹੀਂ ਪਤਾ ਹੈ ਵੀ ਇੱਧਰ ਆਓ ਜੀ ਅਨਸ ਗੁੱਜਰ ਹੈ ਕੀ ਹਾਲ ਹੈ ਠੀਕ ਹੋ ਸਿੱਧੰਤ ਪਈ ਤਾਂ ਅਤੇ ਚੈਨਲ ਦਾ ਕੋਈ ਪਤਾ ਹੈ ਵੀ ਨਹੀਂ ਭਾਈ ਕੋਈ ਪਤਾ ਹੁਣ ਮੈਂ ਦੱਸਣਾ ਭੁੱਲਣਾ ਨਹੀਂ ਹੈ ਫੈਸਲ ਫੈਸਲ ਸ਼ੇਰਗੜ੍ਹ ਸ਼ੇਰਗੜ੍ਹ ਸੌਖਾ ਸੌਖਾ ਈਜ਼ੀ ਨਾਮ ਹੈ ਮਾਰੋ ਹੈ ਇੱਥੇ ਅੱਲਾ ਦਾ ਨਾਂ ਲਾਇਆ ਪੈਕੇਜ ਆਈ ਐਫ ਏ ਆਈ ਐਸ ਏ ਐਲ ਫੈਸਲ ਸ਼ੇਰਗੜ ਸ਼ੇਰਗੜ ਅਤੇ ਚੈਨਲ ਆ ਜਾਂਦਾ ਸਬਸਕ੍ਰਾਈਬ ਕਰ ਸਕਦੇ ਫਿਰ ਪੱਕੀਆਂ ਵੀਡੀਓ ਜਿਹੜੀ ਚਾੜਾਂ ਕਰਾਂਗਾ ਨਾ ਆਟੋਮੈਟਿਕਲੀ ਆ ਜਾਇਆ ਕਰੇ ਪੈਕੇਜ ਕਹਾਂ ਦਾ ਲਾਏ ਸਾਰਾ ਲੱਗਿਆ ਅੱਛਾ ਹਾਲ ਬੱਦਲ ਚਮਕਦਾ ਪਿਆ ਬਹੁਤ ਜ਼ਿਆਦਾ ਬਾਰਿਸ਼ ਜਿਹੜਾ ਨਾ ਲੈ ਲੈ ਸਾਈਡ ਪਈ ਗੱਡੀਆਂ ਲੈਣ ਲੱਗ ਗਈਆਂ ਚੱਲ ਠੀਕ ਹੋ ਗਿਆ ਫੈਸਲ ਸ਼ੇਰਗੜ੍ਹ ਯਾਦ ਰੱਖੀ ਅਤੇ